ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀ ਵੀ ਔਰ ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ ਮਾਸ਼ਾਅੱਲਾ ਜੀ, ਅੱਜ ਇੱਕ ਬਹੁਤ ਹੀ ਖੂਬਸੂਰਤ ਤੋਕੜ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਜੀ। ਤੋਕੜ ਝੋਟੀ ਮਾਸ਼ਾਅੱਲਾ, ਗੱਬਨ ਵੀ ਅਤੇ ਦੁੱਧ ਵੀ ਅੱਲਾ ਦੇ ਹੁਕਮ ਦੇ ਨਾਲ ਸਜਰਾਂ ਜਿੰਨਾ ਮੱਝ ਕੋਲ ਦੁੱਧ ਦੇ, ਮੱਝ ਦੀ ਲੰਬਾਈ, ਮੱਝ ਦਾ ਕੱਦ ਕਾਠ ਇੱਕ ਰੰਗ ਕਾਲੀ ਕੱਟ, ਸੋਹਣਾ ਸਿੰਘ ਮਾਸ਼ਾਅੱਲਾ, ਗਰਦਨ ਵੇਖਣੀ ਕਿੰਨੀ ਲੰਬੀ, ਸਾਰੀ ਮੱਝ ਦੀ ਲੰਬਾਈ ਮਾਸ਼ਾਅੱਲਾ ਆਮ ਮੱਝਾਂ ਨਾਲੋਂ ਕਿਤੇ ਜ਼ਿਆਦਾ, ਪੂਰੀ ਬਰੀਕ ਮੱਝ ਕੁਆਲਿਟੀ ਹੁੰਦੀ, ਇੱਥੋਂ ਹੀ ਪਤਾ ਲੱਗ ਜਾਏਗਾ ਮੱਝ ਤੋਕੜ ਹੋ ਕੇ ਜਿਹੜਾ 10 ਤੋਂ ਉੱਤੇ ਦੁੱਧ ਹੁਣ ਦੇ ਰਹੀ ਹੈ। ਇਵੇਂ ਮਾਸ਼ਾਅੱਲਾ ਜੀ, ਸਿੰਘ ਐਵੇਂ ਛੋਟਾ ਜਿਹਾ ਗੋਲ, ਦੋ ਚਾਰ ਉਂਗਲਾਂ ਰੱਖੋ, ਸਿੰਘ ਲੁਕਦਾ ਮਾਸ਼ਾਅੱਲਾ ਜੀ, ਚੈੱਕ ਕਰੋ ਖੂਬਸੂਰਤੀ, ਇੰਤਹਾਈ ਖੂਬਸੂਰਤ ਮਾਸ਼ਾਅੱਲਾ ਝੋਟੀ ਹੈ। ਬੜਾ ਸੋਹਣਾ ਥਾਣੇ ਤੁਨੀ ਕੋਲੀ ਕੋਨੀ, ਪੂਰੀ ਮੁੱਠ ਮੁੱਠ ਦਾ ਸੋਹਣਾ ਥਣ ਲੱਗਿਆ। ਬਾਕੀ ਆਪਾਂ ਭਾਈ ਕੋਲ ਹੈ, ਆਹ ਚੈੱਕ ਕਰੋ ਜੀ ਮਾਸ਼ਾਅੱਲਾ, ਜਿੱਦਾਂ ਜਿੱਦਾਂ ਮਰਜ਼ੀ ਮਸਾਲੇ, ਬੜਾ ਕੱਦ ਦੇ, ਜਿੱਦਾਂ ਮਰਜ਼ੀ ਇਹਨੂੰ ਜਿਹੜਾ ਨਾ ਮਸਾਲਾ ਜਾਤ ਦਿੱਤੀ, ਵਾਹ ਕਿਆ ਬਾਤ ਹੈ। ਬਸ ਛੱਡਦੇ ਹੁਣ, ਇਹਦਾ ਮੂੰਹ ਹੀ ਫੜੀ ਰੱਖਣਾ, ਇਹਨੂੰ ਖੋਲ੍ਹ ਕੇ ਥੋੜ੍ਹਾ ਜਿਹਾ ਟੋਰ ਫੇਰ ਕੇ ਵਿਖਾ ਮਾਸ਼ਾਅੱਲਾ ਜੀ। ਹਵਾਨਾ ਧੁੰਨੀ ਤੋਂ ਲੈ ਕੇ ਪਿੱਛੇ ਸੂਹ ਤੱਕ ਜਿਹੜਾ ਉਹ ਝੋਟੀ ਕੋਲ ਮੌਜੂਦ ਹੈ, ਪੂਰੀਆਂ ਜਿਹੜਾ ਨਾ ਬਰੀਕੀਆਂ ਮੱਝ ਦੇ ਵਿੱਚ ਮੌਜੂਦ ਹੈਗੀਆਂ ਨੇ ਜੀ। ਮੁਨਾਸਬ ਮੁੱਲ ਹੈ ਅਤੇ ਕੰਮ ਸਜਰਾਂ ਵਾਲੇ, ਮੁੱਲ ਤੋਕੜਾਂ ਵਾਲਾ, ਬਰੀਕੀਆਂ ਖੁੱਡਾ ਛੁੱਡਾ ਝੋਟੀ ਦਾ ਚੈੱਕ ਕਰ ਲਓ ਸਾਰਾ, ਕੱਚ ਦੀਆਂ ਟੋਰ ਟੋਰੀ ਝਲਕੀ ਫੁਲਕੀ ਲਿਆ, ਵਾਪਸ ਲਿਆ, ਲੈ ਲੈ ਪਿੱਛੇ ਚੱਲ, ਇੱਥੇ ਬੰਦ, ਇੱਥੇ ਬੰਦ, ਇੱਥੇ ਬੰਦ, ਸੂਈ ਸੂਆ ਦੂਸਰਾ ਸੂਈ ਹੈ, ਦੂਸਰਾ ਸੂਆ ਸੂਈ ਹੋਈ ਹੈ ਜੀ ਮਾਸ਼ਾਅੱਲਾ। ਅੱਛਾ ਗੱਬਣ ਕਨਫਰਮ ਨਹੀਂ ਕਿ ਉਵੇਂ ਮਹੀਨੇ ਇੱਕ ਦੀ ਹੋਈ ਹੋਈ ਹੈ, ਮਹੀਨੇ ਇੱਕ ਦੀ ਮਾਸ਼ਾਅੱਲਾ ਜੀ, ਚੈੱਕ ਕਰਨੀ ਹੈ ਦੁੱਧ ਜਿਹੜਾ ਉਹ ਗਰੰਟੀ ਵਾਲਾ ਦੁੱਧ ਜਿਹੜਾ ਦੱਸਾਂਗੇ ਉਹ ਹੋਏਗਾ। ਇੰਝ ਹੀ ਗੱਲ ਹੈ ਭਾਈ ਜਾਨ, ਯਾਰ ਆਪਾਂ ਹੁਣ ਚੁਆ ਕੇ ਜਿਹੜਾ ਤਸਲੀਆਂ ਨਾਲ ਕੋਈ ਬੰਦਾ ਲਾਈਵ ਵੀਡੀਓ ਲੰਮੀ ਹੋ ਜਾਣੀ, ਆਪਾਂ ਬਾਅਦ 'ਚ ਚੁਆਈ ਰੱਖ ਲੈਂਦੇ ਹਾਂ ਨਾ ਬਣਾ ਕੇ, ਜਿਹੜਾ ਮੰਗੇਗਾ ਉਹਨੂੰ ਆਪਾਂ ਸੈਂਡ ਕਰ ਦੇਵਾਂਗੇ, ਕਿਉਂ ਜੀ। ਮਾਸ਼ਾਅੱਲਾ ਜੀ, ਇਸ ਤੋਕੜ ਦੇ ਨਾਲ ਇੱਕ ਦੂਸਰੀ ਸੱਜਰ ਝੋਟੀ ਵੀ ਹੈਗੀ, ਉਹ ਵੀ ਦੋਸਤਾਂ ਨੂੰ ਦਿਖਾਉਂਦੇ ਹਾਂ। ਇਹ ਤੋਕੜ ਜੀ ਮੁਨਾਸਬ ਮੁੱਲ ਹੈ, ਦੁੱਧ ਮਾਸ਼ਾਅੱਲਾ ਮੱਝ ਕੋਲ 10 ਤੋਂ ਜ਼ਿਆਦਾ, 11-12 ਮੈਨੂੰ ਭਾਈ ਕਹਿੰਦਾ ਪਿਆ ਕਿ ਇਹਦੇ ਕੋਲ ਦੁੱਧ ਮੌਜੂਦ ਹੈ। ਇਹ ਜਿਹੀ ਆ ਗਈ ਝੋਟੀ ਜਿਹੜੀ ਹੈ, ਸੱਜਰ ਸੂਈ ਹੋਈ ਹੈ, ਸੂਈ ਨੂੰ ਥੋੜ੍ਹੇ ਦਿਨ ਹੋ ਗਏ, ਇਹਦੀ ਆਪਾਂ ਡਿਟੇਲ ਜਿਹੜੀ ਹੈ ਉਹ ਭਾਈ ਸਦੀਕ ਤੋਂ ਲੈ ਲਵਾਂਗੇ। ਚੋਈ ਹੋਈ ਹੈ ਜੀ, ਟਾਈਮ ਦਿਨ ਦੇ 11-12 ਦਾ ਟਾਈਮ ਹੈ, ਠੀਕ ਹੈ, ਅਤੇ ਇਹ ਸੁਬਾਹ 8 ਵਜੇ ਦੀ ਮੱਝ ਝੋਟੀ ਚੋਈ ਐਵੇਂ, ਤੂੰ ਲੇਟ ਹੋ ਗਿਆ, ਚੋ ਦਿੱਤੀ ਸੀ, ਆਉਣਾ ਮੈਂ ਸੁਬਹ ਫਸਟ ਟਾਈਮ ਸੀ ਵੀਡੀਓ ਪਾਉਣ ਅਣਚੋਣੀ ਵਾਲੀ ਦੀ, ਲੇਕਿਨ ਲੇਟ ਹੋਣ ਦੀ ਵਜ੍ਹਾ ਤੋਂ ਜਿਹੜਾ ਨਾ ਉਹ ਮੈਂ ਮੱਝ ਫਿਰ ਇਹਨਾਂ ਨੇ ਚੋ ਲਈ, ਉਹਦੀ ਵਜ੍ਹਾ ਤੋਂ ਹੁਣ ਜਿਹੜਾ ਨਾ ਇਹਦੀ ਵੀਡੀਓ ਫਿਰ ਅਸੀਂ ਕਿਹਾ ਚਲੋ ਚੋਈ ਹੋਈ ਦੀ ਵਿਖਾ ਦਿੰਦੇ। ਸੁਬਹ ਕਿੰਨਵਾਂ ਸੂਈਏ, ਦੂਜਾ ਦੂਸਰਾ
ਚੋਟੀ ਕੋਲ ਇਹ ਕੱਟੀ ਹੈ ਜੀ, ਮਾਸ਼ਾਅੱਲਾ ਦੋਸਤਾਂ ਦੇ ਸਾਹਮਣੇ ਕੱਟੀ ਬੈਠੀ ਹੈ, ਸੋਹਣੀ ਖੂਬਸੂਰਤ ਚੋਟੀ ਜਦੋਂ ਚੋਣ ਵਾਲੀ ਹੁੰਦੀ ਹੈ ਇਹ ਮਾਸ਼ਾਅੱਲਾ ਸੂਹ ਨੂੰ ਲੱਗੀ ਹੁੰਦੀ। ਇਹਨੂੰ ਮਾਰਦੇ ਮਾਰਦੇ ਇਹਨੂੰ ਇੱਕ ਸਾਈਡ 'ਤੇ ਕਰੀ ਨਾ, ਮਾਸ਼ਾਅੱਲਾ ਜੀ ਬਿਹਤਰੀਨ ਹਵਾਨਾ ਪੂਰੇ ਥੱਬੇ ਸ਼ਾਮ ਤੱਕ ਮਾਰ ਜਾਏਗੀ। ਬਾਕੀ ਜਿਹੜਾ ਉਹ ਆਪਾਂ ਇੱਧਰ ਆ ਭਾਈ, ਇੱਧਰ ਆਓ, ਡਿਟੇਲ ਦੱਸੋ ਕੀ ਹਾਲ ਹੈ, ਤਬੀਅਤ ਸੇ ਠੀਕ ਹੈ। ਇਹ ਸਭ ਤੋਂ ਪਹਿਲੇ ਆਪਾਂ ਤੋਕੜ ਚੋਟੀ ਵਿਖਾਈ ਆ, ਉੱਧਰ ਖੜੀ ਹੈ ਤੋਕੜ ਦੀ ਜਿਹੜੀ ਡਿਟੇਲ ਦੱਸ ਵੀ ਤੋਕੜ ਕੋਲ ਹਾਜ਼ਰ ਟਾਈਮ ਜਿਹੜਾ ਦੁੱਧ ਹੈਗਾ ਨਾ ਜਿਹੜਾ ਆਪਾਂ ਅਗਲਿਆਂ ਨੂੰ ਚੁਆ ਕੇ ਦੇਣਾ ਉਹ ਕਿੰਨਾ? ਬਿਲਕੁਲ ਉਹੀ ਦੱਸਾਂਗੇ ਜਿਹੜਾ ਹੋਇਆ। ਕਿੰਨਾ ਦੱਸੋ ਭਾਈ? ਬਿਸ਼ਰਤ ਤਕਰੀਬਨ ਸਾਲ ਦੇ ਕਰੀਬ ਸੀ। ਅੱਛਾ, 11 ਮਹੀਨੇ ਹੋ ਗਏ। ਹਾਂ, ਸ਼ਮਾਲਕੰਦ ਬਕੌਲ। ਅੱਛਾ, 1 ਮਹੀਨੇ ਦੀ ਬਣੀ ਹੈ। ਦੋ ਤੋਂ ਕੋ 11 ਤੋਂ 12 ਕਿਲੋ ਠੰਡਾ, ਇੰਨਾ ਠੰਡਾ ਹੋਣ। ਹਾਂਜੀ, ਇਸ ਟਾਈਮ ਮਾਸ਼ਾਅੱਲਾ 11 ਤੋਂ 12 ਕਿਲੋ ਚਵਾ ਕੇ ਠੰਡਾ ਦੁੱਧ ਮਿਲਦੀ। ਦੋ ਟਾਈਮ, ਇੱਕ ਟਾਈਮ ਦੋ ਟਾਈਮ ਥਾਪੀ ਤੇ ਮਿਲਦੀ। ਪੱਠਾ ਤੂੜੀ ਤੇਰੇ ਸਾਹਮਣੇ ਖੁੱਲੀ ਚ ਪਈ ਹੈ। ਹਾਂ, ਪੱਠੇ ਖਾ ਰਹੀ ਹੈ ਨਾ। ਹਾਂ, ਧੰਗਾ ਚੁੱਕ ਲਾ, ਮਾਝ ਥਾਪੀ ਦੇ, ਮਾਝ ਨੇ ਤੂੜੀ ਪੱਠੇ ਛੱਡਦੇ ਨੇ। ਅੱਛਾ, ਪਿੱਛੇ ਹੋ ਕੇ ਮਿਲ ਗਈ ਜਦੋਂ ਤੂੰ ਚੋਲੀ ਉਦੋਂ ਮਾਝ ਖੁੱਲ ਕੇ ਗਾਂਹ ਹੋ ਜਾਏ। ਵਾਹ, ਮੂੰਹ ਖੁੱਲ ਕੋਈ ਮਤਲਬ ਟੀਕਾ ਟੂ ਨਾ ਚੁੱਕੇ, ਨਾ ਟੀਕਾ ਨਾ ਪਹਾੜਾ ਕੁਛ ਵੀ ਨਹੀਂ। ਕੀ ਬਾਤ, ਐਸੀ ਸੀਰੀਜ਼ ਮਾਸ਼ਲ ਝੋਟੀ ਹੈ। 11 ਤੋਂ 12 ਕਿਲੋ ਠੰਡਾ ਠੰਡਾ ਦੁੱਧ, 11 ਤੋਂ 12 ਕਿਲੋ ਸਾਲ ਦੀ ਸੂਈ, 1 ਮਹੀਨੇ ਦੀ ਬਣੀ ਵੀ। ਵਾਹ, ਉਹ ਅੱਗੇ ਮਾਲਕ ਦੇ ਨਸੀਬ ਨੇ, ਨਸੀਬ ਨੇ। ਅੱਛਾ, ਉਹਦਾ ਹੁਣ ਮੁੱਲ ਕੀ ਹੈ ਉਹਦਾ? ਹੂੰ ਭਾਈ, ਬਿਸ਼ਾਰਤ ਮੁੱਲ ਉਹਨਾਂ ਦੇ ਮੁਨਾਸਬ ਹੀ ਇਨਸ਼ਾਅੱਲਾ ਅੱਜ ਕਰਾਂਗੇ। ਈਦ ਦਾ ਸਮਝ ਲਿਆ ਜਿਵੇਂ ਪੈਕੇਜ ਹੀ ਲਾ ਦੇਣਾ ਆਪਾਂ, ਨਹੀਂ ਤਾਂ ਜਿਹੜੀ ਐਡੀ ਝੋਟੀ ਮਹੀਨੇ ਡੇਢ ਦੀ ਬਣੀ ਹੋਵੇ, 10-12 ਕਿਲੋ ਥੱਲੇ, 11-12 ਕਿਲੋ ਥੱਲੇ ਦੁੱਧ ਵੀ ਹੋਵੇ, ਲੋਕ ਮੁੱਲ ਕਰਦੇ ਪੁੱਠਾ। ਲੇਕਿਨ ਆਪਾਂ ਉਹ ਕੰਮ ਨਹੀਂ ਕਰਨਾ, ਮੁਨਾਸਬ ਮੁੱਲ ਕਰਨਾ। ਉਹਦਾ 370,000 ਰੁਪਇਆ ਉਸ ਝੋਟੀ ਦਾ। ਹਾਂ, ਅਤੇ 370,000 ਇਹਦਾ 5.5, ਇਹਦਾ 5.5, ਤਿੰਨਾਂ ਦਿਨਾਂ ਦੀ ਸੂਈ ਹੈ। ਕਿੰਨੇ ਦਿਨਾਂ ਦੀ? ਤਿੰਨਾਂ ਦਿਨਾਂ ਦੀ। 3 ਦਿਨ ਹੋ ਗਿਆ ਸੂਈ ਨੂੰ ਪਿੱਛੇ ਆਹ ਕੱਟੀ ਬੈਠੀ, 3 ਦਿਨ ਦੀ ਸੂਈ। ਇਹਦੇ ਕੋਲ ਵੀ ਦੁੱਧ ਇੰਨੀ ਗਰਮੀ ਦੇ ਬਾਵਜੂਦ ਤਕਰੀਬਨ 11-12 ਕਿਲੋ ਬੋਲ ਹੈ ਥੱਲੇ, 3 ਦਿਨ ਦੀ ਸੂਈ। 11-12 ਕਿਲੋ ਇਹਦੇ ਕੋਲ ਵੀ ਹੈਗਾ, ਬਹੁਤ ਦੁੱਧ। ਠੀਕ ਹੋ ਗਿਆ। ਸੂਆ ਇਹ ਕਿੰਨਵਾਂ ਸੂਈ ਹੈ? ਇਹ ਦੂਜਾ ਦੂਸਰਾ। ਅੱਛਾ, ਇਹਦਾ ਨਾ ਇੱਧਰ ਥਨ ਜਿਹੜਾ ਦਰਮਿਆਨ 'ਚ, ਇਹਦੇ 'ਚ ਦੁੱਧ ਆਉਂਦਾ ਨਹੀਂ ਆਉਂਦਾ? ਛੋਟਾ ਜਿਹਾ ਹੈ, ਕੁਦਰਤੀ ਹੈ, ਲੇਕਿਨ ਇਹ ਚੱਲਦਾ ਨਹੀਂ ਹੈਗਾ। ਇਹ ਦਰਮਿਆਨ ਨਾਲ ਚੱਲਦਾ ਨਹੀਂ ਪੰਜੋ, ਧਾਰ ਨਹੀਂ ਆਉਂਦੀ, ਲੇਕਿਨ ਇਹ ਅੱਲਾ ਦੀ ਕੁਦਰਤ ਵੱਲੋਂ ਇੱਕ ਨਾਲ ਇੱਡਾ ਕੁ ਡੁੱਬ ਜਾਇਆ ਵਾ। ਹਾਂ, ਅਤੇ ਕੁਦਰਤੀ ਇਹ ਚੱਲਦਾ ਨਹੀਂ, ਚੱਲਦਾ ਨਹੀਂ, ਮਤਲਬ ਇਹਦੇ 'ਚ ਦੁੱਧ ਕੋਈ ਨਹੀਂ ਆਉਂਦਾ। ਠੀਕ ਹੋ ਗਿਆ, ਮਾਸ਼ਾਅੱਲਾ। ਝੋਟੀ ਕੋਲ ਚੁਆਈ ਬੜੇ ਘਰਾਣੇ ਦੀ ਹੈ, ਕਿਉਂਕਿ ਤੀਜਾ ਦਿਨ 3 ਦਿਨ ਦੀ ਸੂਈ, ਗਰਮੀ ਵੇਲੇ ਕਿੰਨੀ। ਹਾਂ, ਅਤੇ ਦੋ ਝੋਟੀ ਕੋਲ ਦੁੱਧ 11-12 ਕਿਲੋ ਬੋਲ ਹੈ। ਠੀਕ ਹੈ, ਹਜੇ ਝੋਟੀ ਨੇ ਸੂਹ ਨਹੀਂ ਚੁੱਕੀ ਆ ਖਿੱਚੀ, ਤੇਰੇ ਸਾਹਮਣੇ ਦੇਖਦੀ ਵੀ ਇਹ ਵੇਖ, ਮੈਂ ਸਮਝ ਗਿਆ, ਝੋਟੀ ਨੇ ਸੂਹ ਨਹੀਂ ਖਿੱਚੀ, 3 ਦਿਨ ਦੀ ਸੂਈ ਸਿਰਫ। ਠੀਕ ਹੈ, ਹਜੇ ਸ਼ਾਮੀ ਇੱਥੇ ਸੂਹ ਨੂੰ ਲੱਗੀ ਹੋਈ ਲਾ ਕੈਮਰਾ 'ਚ। ਚਲੋ ਠੀਕ ਹੈ, ਬਾਕੀ ਅੱਲਾ ਖੈਰ ਕਰੇਗਾ।